ਰਹਿਮਾਨ ਰਹੀਮ ਅਸਲਾਮੁ ਅਲੈਕਮ ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਤੁਹਾਡੇ ਪਸੰਦ ਆਵੇਗੀ। ਤੁਸੀਂ ਲਾਈਕ ਕਰੋ ਦੇ, ਤੁਸੀਂ ਸ਼ੇਅਰ ਵੀ ਕਰੋ ਦੇ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮ ਵਾਲੀ ਵੀਡੀਓ ਜਿਹੜੀ ਇਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ, ਅੱਗੇ ਵੀ ਤੁਸੀਂ ਇੱਕ ਵੀਡੀਓ ਉਹਨਾਂ ਦੀ ਵੇਖੀ ਹੈ ਤਕਰੀਬਨ ਮਹੀਨਾ ਡੇਢ ਪਹਿਲਾਂ, ਅਤੇ ਉਹ ਵੀਡੀਓ ਜਨਾਬ ਸ਼ਹੀਨ ਚੌਂਕ 'ਤੇ ਡਰੈਸ ਹੈ, ਬਿਲਕੁਲ ਸ਼ਹੀਨ ਚੌਂਕ ਦੇ ਉੱਤੇ ਭੱਠੇ ਦੇ ਨਾਲ ਜਨਾਬ ਡਰੈਸ ਹੈ, ਅਤੇ ਸ਼ਾਮ ਮਯੂਦੀਨ ਦੀ ਵੀਡੀਓ ਹੈ। ਅੱਗੇ ਤੁਸੀਂ ਵੀਡੀਓ 3-4 ਜਾਨਵਰ ਵੇਖੇ, ਐਤਕੀ ਮੈਂ ਪੁੱਛ ਲੈਣਾ 5-6 ਦਿਸ ਦਿਨ ਵੀ ਜਾਨਵਰ ਕਿੰਨੇ ਪਾਉਣੇ ਨੇ, ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਸਾਹਮਣੇ ਲੈ ਆਉਂਦੇ ਹਾਂ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਆਵੇਗੀ। ਤੁਸੀਂ ਲਾਈਕ ਕਰੋ ਦੇ, ਤੁਸੀਂ ਸ਼ੇਅਰ ਵੀ ਕਰੋ ਦੇ, ਅਤੇ ਜਨਾਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਾਨ ਜ਼ਰੂਰ ਦਬਾਉਣੀ ਹੈ ਤਾਂ ਕਿ ਵੀਡੀਓ ਜਿਹੜੀ ਹੈ ਸਾਡੀ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ। ਮਿਹਰਬਾਨੀ ਕਰਨੀ ਹੈ। ਆਓ ਜੀ ਸ਼ਾਮ। ਕਿੰਨੇ ਜਾਨਵਰ ਐਤਕੀ ਪਾਣੇ ਨੇ ਵੀਡੀਓ ਚ? 5 ਜਾਨਵਰ ਨੇ ਅੱਜ ਸਾਹਿਬ। 5 ਪਹਿਲਣਾ ਨੇ, ਦੂਜਣਾ ਨੇ, ਕਿਹੜਾ ਕੇ ਕੇ ਸਵਾਲ? ਪਹਿਲਣ ਵੀ ਹੈ, ਦੂਜਣ ਵੀ ਹੈ, ਤ੍ਰੀਜੇ ਸੇ ਵੀ ਹੈ ਛੋਟੀ। ਮਜਾ ਦੁੱਧ ਵਾਲੀਆਂ ਨੇ? ਦੁੱਧ ਵਾਲੀਆਂ ਮਜਾ। ਤੇ ਡਿਮਾਂਡ ਕਿਹੜੀ ਨੇ, ਉੱਚੀ ਨੇ, ਥੱਲੇ ਨੇ? ਨਹੀਂ, ਬਰਾਬਰ ਹੀ ਐ, ਰਲਦੀ ਮਿਲਦੀ ਜੀ। ਠੀਕ ਹੋ ਗਿਆ। ਨੰਬਰ ਬੋਲ ਯਾਰ ਜਿਹੜਾ ਉੱਤੇ ਲਾਣਾ ਸਕਰੀਨ ਤੇ। 0303-04-96-7-44 ਇਹ ਜਿਹੜਾ ਸਕਰੀਨ ਤੇ ਲਾਣਾ ਹੈ ਜੀ, ਤੇ ਜਿਹੜਾ ਆਮ ਨੰਬਰ ਹੈ ਉਹ ਵੀ ਬੋਲ ਦੇ ਵਿੱਚ। 0321-5850-874 ਫਿਰ ਬੋਲ। ਜਿਹੜਾ ਜਿਹੜਾ ਨਹੀਂ ਨਾ ਨੰਬਰ ਸਕਰੀਨ ਤੇ ਲਾਣਾ ਉਹ ਦੁਬਾਰਾ ਫਿਰ ਬੋਲ। 0321-5850-874 ਠੀਕ ਹੈ ਜੀ। ਚਲੋ ਅੱਲਾ ਖੈਰ ਕਰੇ। ਮਾਂ ਜੇ ਵਿਖਾਈਏ ਪਹਿਲੇ ਨੰਬਰ ਵਾਲੀ ਮਾਂ ਲਿਆਓ ਜੀ, ਮਾਂ ਵਿਖਾਓ। ਬੱਚਾ ਵੀ ਨਾਲ ਹੀ ਵਿਖਾ ਸਕਦਾ, ਉੱਥੇ ਬੱਚਾ ਖੋਲਣਾ ਨਾ ਪਵੇ। ਬੱਚਾ ਹੈਗਾ? ਇਹਦਾ ਬੱਚਾ ਨਹੀਂ ਹੈ। ਕੋ ਨਹੀਂ ਹੈ? ਸਟੂਡੈਂਟ ਹੈ? ਲਿਆਓ। ਕਦੋਂ ਦੀ ਸੂਈ ਹੈ? 10 ਦਿਹਾੜਿਆਂ ਦੀ ਸੂਈ ਹੈ। ਪਹਿਲੇ ਨੇ ਦੂਜਣ? ਦੂਜਣ ਦੂਜੇ ਸੂਏ ਅੱਜ। ਤੁਸੀਂ ਆ ਜਾਓ ਗੱਲ ਕਰਨੀ ਹੈ, ਗੱਲ ਕਰੋ। ਅੱਜ ਸਾਹਿਬ ਦੂਜੇ ਸੂਏ ਜੇ? ਅੱਛਾ, 10 ਦਿਨ ਹੋਏ ਨੇ ਸੂਈ ਨੇ। ਇਹਦਾ ਬੱਚਾ 2 ਦਿਨ ਪਹਿਲਾਂ ਜਿਹੜਾ ਨਾ ਉਹ ਜਾਂਦਾ ਰਿਹਾ। ਬੱਚੇ ਆ ਠੰਡ ਦੀ ਵਜ੍ਹਾ ਦੀ ਕਾਫੀ ਬੱਚੇ ਜਿਹੜੇ ਨੇ ਜਾਂ ਸਰਦੀ ਦੀ ਬੱਚੇ ਨੁਕਸਾਨ ਹੋਏ ਨੇ ਜਾਂ ਬਿਲਕੁਲ ਪੱਕੀ ਪਹਿਲਣ ਜੇ? ਨਾ, ਦੂਜੇ ਸੂਏ, ਦੂਜੇ ਸੂਏ, ਦੂਜੇ ਸੂਏ। ਕਿੰਨੀਆਂ ਕੁ ਧਾਰਾਂ ਦਿੰਦੀ ਵੀ ਸਟੂਡੈਂਟ ਤੇ ਸਾਰੀਆਂ ਧਾਰਾਂ ਇਹਦੀਆਂ? ਹਾਂਜੀ ਸਾਹਿਬ, ਇਹਦੇ ਕੋਲ ਸਾਰੇ ਕੋਲ 12 ਕਿਲੋ ਦੁੱਧ ਦੇ ਪੱਕਾ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ। ਤਸੱਲੀ ਕੋ ਕਰੇ? ਤਸੱਲੀ ਕਰੇ ਭਰਾ, ਕੋਈ ਟੈਨਸ਼ਨ ਤੇ ਨਹੀਂ, ਕੋਈ ਵੀ ਭਰਾ ਕੇ ਤਸੱਲੀ ਨਾਲ ਚੋਵੇ। ਮਾਜ ਵਾਹ ਜੀ, ਉਹਨਾਂ ਤੇ ਟੋਰ ਕੇ। ਹਾਂਜੀ, ਮਾਜ ਟੋਰ। ਅੱਛਾ, ਕੀ ਡਿਮਾਂਡ ਦੀ ਕਰਨੀ ਜੇ? ਹਾਂਜੀ ਸਾਹਿਬ, ਇਹਦਾ ਭਰਾਵਾਂ ਵਾਸਤੇ ਇੱਕ ਸ਼ਾਮ ਨੂੰ। ਤੁਸੀਂ ਮਾਮੂ ਹੋ ਨਾ? ਜਾ, ਮੈਂ ਸ਼ਾਮ ਦਾ ਮਾਮੂ ਹਾਂ। ਠੀਕ ਹੈ, ਉਹ ਮੌਜੂਦ। ਹੋਰ ਜਿਹੜਾ ਨੰਬਰ ਦੂਜਾ ਜਿਹੜਾ ਬੋਲਿਆ ਸੀ? ਜਾ, 0321 ਵਾਲਾ ਨੰਬਰ ਮੇਰਾ ਹੈ। ਤੁਹਾਡੇ ਕੋਲ? ਜਾ, ਮੇਰੇ ਕੋਲ। ਠੀਕ ਹੈ। ਅੱਛਾ, ਇਹ ਨੰਬਰ ਤੇ ਕਾਲ ਆਵੇ ਜਾਂ ਜਿਹੜਾ ਉਹਦੇ ਕੋਲ WhatsApp ਇਮੋ ਵਾਲਾ ਉਹ ਸਕਰੀਨ ਤੇ ਲੱਗ ਜੇਗਾ? ਜਾ, ਬਿਲਕੁਲ। ਠੀਕ ਹੋ ਗਿਆ? ਹਾਂ, ਬਿਲਕੁਲ। ਅੱਛਾ, ਇਹ ਜਿਹੜੀ ਮਾਂ ਜੀ ਦੀ ਕੀ ਡਿਮਾਂਡ ਕਰਦੇ ਹੋ? ਹਾਂਜੀ ਸਾਹਿਬ, ਇਹ ਭਰਾਵਾਂ ਵਾਸਤੇ 1,85,000 ਰੁਪਏ। 1,85,000 ਦੀ ਦੂਜੇ ਸੂਏ ਮਾਜ ਸੂਈ ਤਾਜ਼ੀ ਹੈ, ਬੱਚਾ ਕੋਨੀ ਸੂ, ਦੁੱਧ 12 ਕਿਲੋ ਪੇ ਦੱਸਦੇ ਨੇ। ਮਾਜ ਨੰਬਰ 2 ਪਾਓ ਜੀ। ਸ਼ਾਮ ਤੂੰ ਵੀ ਨਾਲ ਹੈ ਲਪਕਾਰ ਯਾਰ। ਬੱਚਾ ਨਾਲ ਹੀ ਵਿਖਾ ਲੈਣਾ, ਇਹਦਾ ਖੋਲਦਿਆਂ ਬੱਚੇ ਦਾ ਨਾੜਾ ਵੀ ਵਹਾਣਾ ਹੈ। ਇਹ ਪਹਿਲਣ ਜੇ? ਜਾ ਜੀ ਸਾਹਿਬ, ਇਹ ਪਹਿਲਣ ਛੋਟੀ ਹੈ। ਚੁੱਪ ਨਹੀਂ ਰਹਿਣਾ ਵਿੱਚ ਬੋਲਦੇ ਆ? ਹਾਂ ਜੀ ਸਾਹਿਬ, ਪਹਿਲਣ ਛੋਟੀ ਹੈ, ਬੱਚਾ ਨਾੜਵੇ ਨਾਲ ਹੈ, ਤੇ ਇਹ ਨਾਲ ਇੱਕ 4 ਦਿਨ ਹੋਏ ਨੇ ਸੂਈ ਨੇ। ਬੱਚਾ ਕੇਸ ਕੱਟੀ ਸੁ ਕਟਾ? 4 ਕਟਾ ਕਟਾ ਪਸੰਦ ਜੇ ਦੀ ਮਾਜ ਮਾਜ। ਚਲੋ, ਅੱਛਾ, ਇਹ ਅੱਗੇ ਬੰਨੇ ਜੇ ਤੇ ਇਹ ਮੱਝਾਂ ਪਸਮ ਜਾਂਦੀਆਂ ਫਿਰ ਜ਼ਰਾ ਕੋਝੀਆਂ ਲੱਗਦੀਆਂ। ਇਹ ਹਾਜੀ ਸਾਹਿਬ ਆਪਣਾ ਪਿੱਛੇ ਬੰਨੀਏ ਤੇ ਬੜਾ ਸੌੜਿਆ ਪਹਿਲਣ ਝੋਟੀ ਏ। ਅੱਛਾ, ਇਹ ਵੰਗਾ ਸ਼ਗਾ ਲੈਂਦੀ ਏ ਕੋਨੀ? ਨਾ, ਵੰਗਾ ਮਾਰ ਵੀ ਲੋਕੋ ਨਹੀਂ, ਡਰ ਅਸੀਂ ਬਾਰਲ ਕੋ ਨਹੀਂ ਲਾਂਦੇ। ਤੁਸੀਂ ਕੋਨੀ ਉਹ ਲਾਂਦੇ? ਜੱਤੀ ਨਹੀਂ ਲਾਂਦੇ। ਤੇ ਧਾਰਾਂ ਕਿੰਨੀਆਂ ਸੀ? 2.5 ਸੇਰ 4 ਸੇਰ ਕਿੰਨੀ? ਹਾਜੀ ਸਾਹਿਬ, ਪਿਛਲੀ ਜੋੜੀ ਵਿੱਚ 3.5 ਕਿਲੋ ਦੁੱਧ ਦੇ, 4 ਕਿਲੋ ਚੋਨੇ ਆ ਪਏ ਸੀ ਇਸ ਟਾਈਮ। ਇੱਕ ਟਾਈਮ 4 ਕਿਲੋ, 3.5 ਕਿਲੋ ਏ। 3.5 ਕਿਲੋ ਇੱਕ ਟਾਈਮ ਦਾ? ਜਾ, ਇੱਕ ਟਾਈਮ ਦਾ ਨਾ? ਜਾ, ਇੱਕ ਟਾਈਮ। ਠੀਕ ਹੋ ਗਿਆ। ਤੇ ਆਪਣਾ ਨੜਵਾ ਇਹ ਨਾਲ ਹਫਤਾ ਤੇ ਨਹੀਂ ਸੋਇਆ? ਨਹੀਂ ਹਾਜੀ ਸਾਹਿਬ, ਹਫਤਾ ਨਹੀਂ ਹੋਇਆ, ਨੜਵਾ ਨਾਲ ਹੀ ਦਿਸਦਾ ਪਿਆ।
ਇਹਦੀ ਕੀ ਡਿਮਾਂਡ ਜੇ ਪਹਿਲਣ ਦੀ? ਹਾਜੀ ਸਾਹਿਬ ਕਿਸੇ ਭਰਾ ਨੂੰ ਚਾਹੀਦੀ ਹੋਵੇ ਵੀਰਾਂ ਵਾਸਤੇ 1,75,000 ਰੁਪਏ ਪੌਣੇ 2 ਲੱਖ ਦੀ ਜਾ ਹੈ ਨਾ, ਪੌਣੇ 2 ਹੀ ਬਣਦਾ ਜਾ, ਪੌਣੇ 2 ਲੱਖ 1,75 ਹੈ ਮੂੰਹ ਦੀ ਕੇ ਜੇ ਆਪਣਾ ਹਾਜੀ ਸਾਹਿਬ ਉਮਰ ਦੀ ਪੱਕੀ ਪੱਕੀ ਚੋਗੀ ਵਹਾਓ ਜੀ ਮੂੰਹ ਸ਼ਾਮ ਵਹਾਓ ਦੰਦ ਫੁੱਟਦੇ ਸੁਪੇ ਬਾਹਰ ਲਈ ਕੰਨੀ ਫੁੱਟਦੇ ਨੇ ਪੇ, ਠੀਕ ਹੋ ਗਿਆ ਦੀ ਸੁਪੇ ਨੇ। ਅੱਛਾ ਡਾਕਟਰ ਸਾਹਿਬ ਇਹਦਾ 1,75 ਦੱਸਿਆ ਜੇ ਨਾ ਜਾ 1,75 ਠੀਕ ਹੈ, ਮਾਈ ਨੰਬਰ 3 ਪਾਓ ਕਿਲੋ ਦੁੱਧ ਕੋਲ 12 ਲੱਸੀ ਦੱਸਣਾ ਜਿਹੜਾ ਮੀਣੀ ਮਾਜ ਲਿਆਓ ਆਰਾਮ ਨਾਲ ਕੋਈ ਟੈਨਸ਼ਨ ਨਹੀਂ। ਇਹਦਾ ਵੀ ਬੱਚਾ ਮੀਣੀ ਦਾ ਵੀ ਨਾਲ ਹੀ ਵਹਾ ਜੀ ਅਗਲੇ ਪਾਸੇ ਭੱਜੇ ਕੱਟੀ ਸੁ ਕੱਟਾ ਯਾਰ ਸਭ ਕੱਟਾ ਹੈ ਕੱਟਾ ਜਾ ਕੱਟਾ ਮੈਲ ਤੇ ਨਹੀਂ ਸੁ ਛੱਟੀ ਜੀ ਨਹੀਂ ਹਾਜੀ ਸਾਹਿਬ ਦੇ 10 ਦਿਹਾੜੇ ਹੋ ਗਏ ਸੁ ਨਹੀਂ ਇਹ ਨਾ ਹੋ ਗਏ ਨਾ ਤਕਰੀਬਨ 5-6 ਦਿਨ 6 ਦਿਨ ਹੋ ਗਏ ਕੱਟਾ ਸੁ ਦੂਜੇ ਨੇ ਤ੍ਰੀਜੇ ਨੇ ਇਹ ਹਾਜੀ ਸਾਹਿਬ ਦੂਜੇ ਸੂਏ ਝੋਟੀ ਹੈ ਦੂਜੇ ਸੂਏ ਜਾ ਠੀਕ ਹੈ ਤੇ ਕਿੰਨੀਆਂ ਗੁੱਦੂ ਹੈ ਆਪਣਾ ਧਾਰਾਂ ਦੇ ਜੀ ਸਾਹਿਬ ਇਹਦੇ ਕੋਲ ਵੀ ਦੁੱਧ ਜਿਹੜਾ ਨਾ 11 ਕਿਲੋ ਜਿਹੜਾ ਪੱਕਾ ਹੈ 11 ਕਿਲੋ ਜਾ 11 ਕਿਲੋ ਦੁੱਧ ਦੋਂਜ 12 ਕਿਲੋ ਦੁੱਧ 12 ਜਿਹੜਾ ਜਾਨਵਰ ਨੇ ਉਹ ਅਸੀਂ ਤੁਹਾਨੂੰ ਦੱਸਿਆ ਵੀ 11 ਕਿਲੋ ਪੱਕਾ 11 ਜਾ ਪੱਕਾ 11 ਇਹ ਵੀ ਵੱਧ ਸਕਦਾ ਘੱਟ ਨਹੀਂ ਹੁੰਦਾ ਵੱਧ ਹੋਇਆ ਨਾ ਨਾ ਵੱਧ ਸਕਦਾ ਘੱਟ ਨਹੀਂ ਹੁੰਦਾ ਅੱਛਾ ਕੀ ਆਪਣਾ ਹਿਸਾਬ ਕਿਤਾਬ ਜੇ ਦਾ ਮੁੱਲ ਸਾਹਿਬ ਕਿਸੇ ਭਰਾ ਨੂੰ ਚਾਹੀਦੀ ਹੋਵੇ ਦੂਜੇ ਸੂਏ ਝੋਟੀ ਹੈ ਇਹਦਾ 2 ਲੱਖ ਰੁਪਈਆ ਪੂਰਾ ਹੋਵੇ ਇਹਦਾ 2 ਲੱਖ ਹੋਵੇਗਾ ਰਤਾ ਹੈ ਨਾ ਕੱਟਾ ਸੁ ਕੱਟੀ ਮੱਝ ਕਿੰਨੇ ਆਪਣਾ ਸੂਏ ਜੇ ਤ੍ਰੀਜੇ ਦੀ ਚੌਥੇ ਜੇ ਇਹ ਹਾਜੀ ਸਾਹਿਬ ਤ੍ਰੀਜੇ ਸੂਏ ਵੇ ਉਂਝ ਵੇਹਣੇ ਵਾਲਾ ਬੰਦਾ ਸਮਝਦਾ 12 ਲੱਖ ਜਿਹੜਾ ਨਾ ਮਾਝ ਅਸਲ ਠੀਕ ਹੈ ਕਿੰਨੇ ਇਹਦਾ ਨੜਵਾ ਤੇ ਜੀ ਬੱਚੇ ਦਾ ਇਹਦਾ ਵੀ ਕੋਈ ਬੱਚੇ ਦਾ ਵੀ ਨੜਵਾ ਨਾਲ ਹੈ ਤੇ ਕਿੰਨੇ 9-10 ਦਿਨ ਹੋ ਗਏ ਆ 3 ਦਿਨ ਹੋਵੇ ਨੇ ਤੋ 3 ਦਿਨ ਹੋਏ ਨੇ ਮਾਝ ਦੇ ਠੀਕ ਹੈ ਤੇ ਦੁੱਧ ਕਿਤਨਾ ਕੋਈ ਸੁ ਦੁੱਧ ਦਾ ਜੀ ਸਾਹਿਬ ਇਹਦੇ ਕੋਲ ਵੀ 10 ਕਿਲੋ ਪੱਕਾ ਦਾ ਜਿਹੜਾ ਬੋਲਾ ਹੈ ਜਾਂ ਬਿਲਕੁਲ ਜੋ ਕੁਝ ਹੈ 10 ਕਿਲੋ ਦੁੱਧ ਦੇ ਕੋਈ ਪੱਕਾ ਮਾਝ ਤੇ ਵੇਖੋ ਜੀ ਸਾਹਮਣੇ ਦਿਸਦੀ ਹੈ ਨਬੀ ਮੂੰਹ ਦੀ ਭਾਵੇਂ ਸਾਦੀ ਹੋਵੇ ਦੀ ਧਾਰਾਂ ਵਾਲੀ ਹੋਵੇ ਜਾਂ ਧਾਰਾਂ ਵਾਲੀ ਹੋਵੇ ਇਹੀ ਗੱਲ ਹੈ ਨਾ ਜਾਂ ਬਿਲਕੁਲ ਕਿਉਂਕਿ ਵੇਖਣ ਜੀ ਢਾਂਚੇ ਦੀ ਪਤਾ ਲੱਗਦਾ ਹੈ ਨਾ ਪਿਆ ਜਾਂ ਬਿਲਕੁਲ ਇਹਦੀ ਕੀ ਡਿਮਾਂਡ ਜੀ ਆਪਣੇ ਡਾਕਟਰ ਸਾਹਿਬ ਹਾਜੀ ਸਾਹਿਬ ਇਹ ਭਰਾਵਾਂ ਦੇ ਵੀਰਾਂ ਵਾਸਤੇ ਕਿਸੇ ਨੂੰ ਮੱਝ ਚਾਹੀਦੀ ਹੋਵੇ 1,65,000 ਰੁਪਈਆ ਇਹ ਜਿਹੜੀ ਜਾਂ 1,65,000 1,65,000 ਯਾਨੀ ਕਿ 2-3 ਅਦਬ ਤੁਸੀਂ ਅੱਜ ਬੂਲ ਨਹੀਂ ਕੀਤਾ 2-1 ਮੱਝ ਦਾ ਹੈ ਮੀਣੀ ਦਾ ਜੀ ਬਾਕੀ ਸਾਰਾ ਹੀ ਥੱਲੇ ਹਾਜੀ ਸਾਹਿਬ ਉਹ ਇੱਕੋ ਨਹੀਂ ਮਸਲਾ ਕੋ ਭਰਾ ਜੇ ਪਸੰਦ ਕਰੇ ਤਾਂ ਨਹੀਂ 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 ਉਹ ਨਹੀਂ ਮੈਂ ਆਵੰਦਾ ਪਿਆ ਮੈਂ ਉਹ ਨਹੀਂ ਪਿਆ ਨਾ ਦੋ ਦੀ ਅਦਬ ਟੋਡਾ ਕੋਈ ਵੀ ਪਾਰ ਨਹੀਂ ਆਇਆ ਇੱਕੋ ਹੀ ਆਇਆ ਕੀ ਹੈ ਬੈਸ ਬਿਲਕੁਲ ਠੀਕ ਹੈ ਬਾਕੀ 75 ਇੱਕ 65 ਵਾਲੀ ਤੇ ਕੋਈ ਨਾ ਹੈ ਇਹ 65 ਇਹ ਹੀ 65 ਵਾਲੀ ਜਾ ਇੱਕ 65 ਵਾਲੀ ਜਾ ਇੱਕ 65 ਵਾਲੀ ਇਹ ਹੋ ਗਈ 1,75 1,85 75 ਇਹ 85 1,85 ਤੇ 2,75 ਨੇ ਸ਼ਾਮ ਨੇ ਜਿਹਨੇ ਵਟਸਐਪ ਇਮੋ ਤੇ ਰਾਬਤਾ ਕਰਨਾ ਹੈ ਉਹ ਇਹਦੇ ਨਾਲ ਕਰ ਲੈਣਾ ਤੇ ਜਿਹਨੇ ਲੋਕਲ ਅਸੀਂ ਉੱਥੇ ਬਾਹਰ ਆਦੀ ਨੰਬਰ ਕਹਿੰਦੇ ਹੁੰਦੇ ਆ ਨਾ
ਸੋਦੀਆ ਬਾਰੋ ਜ਼ਬਾਨ ਹੋਈ ਪੱਕੀ ਜਿਹਨੇ ਆਪਦੀ ਤੇ ਨੰਬਰ ਤੇ ਰਾਬਤਾ ਕਰਨਾ ਤੁਹਾਡੇ ਨਾਲ ਕਰ ਲੈਣਾ ਕੋਈ ਮਸਲਾ ਨਹੀਂ ਹਾਜੀ ਸਾਹਿਬ ਮੇਰਾ ਕਿਉਂਕਿ ਇਹਦੇ ਨਾਲ ਤੁਸੀਂ ਹੱਲਬ ਜ਼ਰੂਰ ਕਰਨੀ ਹੈ ਬੱਚਾ ਨਾ ਇਹਨੂੰ ਡੀਲ ਦਾ ਉਹ ਇਹਨੂੰ ਤੇ ਨਹੀਂ ਪਤਾ ਜਿਹੜਾ ਤੁਹਾਨੂੰ ਪਤਾ ਹੈ ਜਾ ਬਿਲਕੁਲ ਕੀ ਖਿਆਲ ਜੀ ਲੇਕਿਨ ਤੁਸੀਂ ਇਹਦੇ ਨਾਲ ਹੱਲਬ ਕਰਨੀ ਹੈ ਇਨਸ਼ਾਅੱਲਾ ਜੇ ਡੇਰੇ ਤੇ ਭਾਵੇਂ ਮੌਜੂਦ ਹੋਵੇ ਨਾ ਤਾਂ ਵੀ ਤੁਹਾਨੂੰ ਬੁਲਾ ਲੈ ਕੋਈ ਅਰਜ਼ ਨਹੀਂ 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 ਕੋਈ ਹਿਸਾਬ ਨਹੀਂ ਠੀਕ ਹੈ ਪਿਛਲੇ ਜਿਹੜੇ ਡੰਗਰ ਨੇ ਕੈਸੇ ਵੇਖੇ ਤੁਸੀਂ ਵੇਚੇ ਨੇ ਇਹ ਨਹੀਂ ਵੇਚੇ ਨੇ ਨਹੀਂ ਹਾਜੀ ਸਾਹਿਬ ਡੰਗਰ ਜਿਹੜੇ ਪਿਛਲੇ ਨੇ ਉਹ ਤੁਹਾਡੇ ਆ ਜਿਹੜੀ ਮੂਵੀ ਤੇ ਨਹੀਂ ਨਹੀਂ ਉਹ ਦੀ ਗੱਲ ਵਿਕੇ ਨੈਟ ਤੇ ਨੇ ਮੈਂ ਨਹੀਂ ਆਦਾ ਪਿਆ ਡੀਲ ਇਹਨੇ ਕੀਤਾ ਤੁਸੀਂ ਕੀਤਾ ਨਾ ਡੀਲ ਵਿੱਚੋਂ ਕੋਈ ਇੱਕ ਮੈਂ ਕੀਤਾ ਕੋ ਦੋ ਇਹਨੇ ਕੀਤੇ ਨੇ ਠੀਕ ਹੈ ਨਾ ਕੁੱਲਾਂ ਬਾਦ ਨਹੀਂ ਆਇਆ ਉਹ ਨਹੀਂ ਕੋਈ ਲਾਮਾ ਇਹ ਕੀ ਆਵਣਾ ਪਹਿਲੀ ਵੀਡੀਓ ਹੈ ਲੇਕਿਨ ਉਮੀਦ ਨਹੀਂ ਕਿ ਆਵੇ ਕੀ ਖਿਆਲ ਜੀ ਜਾਂ ਨਹੀਂ ਇਨਸ਼ਾਅੱਲਾ ਅੱਲਾਹ ਪਾਕ ਖੈਰ ਕਰੇ ਮੈਂ ਵੀਡੀਓ ਵਿੱਚ ਵੀ ਇਹੀ ਕਹਿਣਾ ਸਾਰਿਆਂ ਦੀ ਵੀਡੀਓ ਵਿੱਚ ਇੱਕ ਸ਼ਾਮ ਦੀ ਹੋਵੇ ਚਾਹੇ ਜਿਹਦੀ ਵੀ ਹੋਵੇ ਮੈਂ ਕਹਿੰਦਾ ਕਿ ਭਰਾਵੋ ਮੇਰੀਆਂ ਦੋ ਚੀਜ਼ਾਂ ਦੀਆਂ ਗਰੰਟੀਆਂ ਨੇ ਔਰ ਡਾਕਟਰ ਸਾਹਿਬ ਤੁਸੀਂ ਇਹ ਮੰਨੋ ਤੇ ਵਾਕਈ ਸੂਲ ਬਣਦਾ ਮੇਰਾ ਇਹ ਗਰੰਟੀ ਦੇਣਾ ਡੰਗਰ ਵਹਾਇਆ ਵੀਡੀਓ ਤੇ ਚੇਂਜ ਕਰਕੇ ਭੇਜਣਾ ਇੱਕੋ ਦੀ ਗਰੰਟੀ ਹੋਵੇ ਦੀ ਬਿਲਕੁਲ ਇੱਕ ਪੈਸੇ ਤੁਹਾਡੇ ਅਕਾਊਂਟ ਵਿੱਚ ਆ ਜਾਣ ਕਿਸੇ ਭਰਾ ਦੇ ਵੀ ਬਾਹਰੋਂ ਓਵਰਸੀਜ਼ ਬਿਲਕੁਲ ਉਹਨਾਂ ਪੈਸਿਆਂ ਦੀ ਕੋਈ ਰੋਲਾ ਬਣੇ ਤੁਹਾਡਾ ਉਹਨਾਂ ਦਾ ਉਹਦੀ ਵੀ ਮੇਰੀ ਜ਼ਿੰਮੇਵਾਰੀ ਹੋਵੇ ਦੀ ਜਿਹੜੀ ਗੱਲ ਹੈ ਨਾ ਮੱਝਾਂ ਦੀ ਮੱਝਾਂ ਦੀ ਮੈਂ ਕਹਿੰਦਾ ਖੁੱਲੇ ਖੁੱਲਾ ਐਲਾਨ ਕਰਨਾ ਚੈਲੇਂਜ ਕਰਨਾ ਕਿ ਆਪਣਾ ਜਾ ਕੇ ਤਸੱਲੀ ਕਰੋ ਪਾਸ ਕਰੋ ਥਣ ਚੈੱਕ ਕਰੋ ਮੇਰੀ ਗਰੰਟੀ ਨਹੀਂ ਹੈ ਹਾਂ ਮੇਰੀ ਇਤਨੀ ਗਰੰਟੀ ਹੈ ਕਿ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਉਹਦੇ ਇਲਾਵਾ ਇੱਕ ਹੋਰ ਭਰਾਵਾਂ ਨੂੰ ਆਫਰ ਦੇ ਸਕਣਾ ਕਿ ਹਾਜੀ ਸਾਹਿਬ ਜਿਹੜਾ ਬੰਦਾ ਅਸੀਂ ਮੱਝ ਖਲਵਾ ਛੜੀਏ ਰੋਕ ਛੜੀਏ ਕੋਈ ਵੀ ਹੈ ਨਾ ਐਂਜੇ ਕਰੋ ਮੱਝ ਤੁਹਾਡੀ ਚਾਰ ਨੰਬਰ ਹੀ ਲੈ ਲੈਂਦੇ ਹਾਂ ਪੰਜ ਕੋਈ ਵੀ ਹਿੱਸਾ ਲੈ ਲੈਂਦੇ ਹਾਂ ਮੱਝ ਖਲੋ ਜਾਂਦੀ ਹੈ ਉਹਨਾਂ ਦੇ ਕਾਲ ਤੇ ਮੱਝ ਖਲੋ ਗਈ ਨਾ ਬਿਆਨਾ ਉਹਨਾਂ ਦਿੱਤੇ ਹੋਇਆ ਨਾ ਆਪਣੇ ਉਹ ਬਿਆਨਾ ਤੁਹਾਡਾ ਠੀਕ ਹੈ ਜਿਹੜਾ ਸੂਲ ਬਣਦਾ ਬਿਲਕੁਲ ਅਗਰ ਜੇ ਪਹੁੰਚ ਆਵੇ ਬਿਆਨਾ ਦੇ ਕੇ ਤੁਸੀਂ ਮੱਝ ਵੇਚ ਛੜੋ ਫਿਰ ਤੁਹਾਡੇ ਤੇ ਡਬਲ ਗੁਣਾ ਡਬਲ ਲੱਗੇ ਕਿ 5-10 ਹਜ਼ਾਰ ਉੱਤੇ ਹੋ ਕੇ ਬੰਦਾ ਵੇਚ ਸਕਦਾ ਹੈ ਨਾ ਯਾ ਬਿਲਕੁਲ ਸੋਹਣੀ ਗੱਲ ਹੈ ਠੀਕ ਹੈ ਵੇਖੋ ਜੀ ਗੱਲਾਂ ਸੂਲ ਦੀਆਂ ਕਰਾਂ ਦਾ ਅਗਰ ਜੇ ਤੁਸੀਂ ਬਿਆਨਾ ਲੈ ਕੇ ਮੱਝ ਤੁਸੀਂ ਉਹਦੇ ਆਵਣ ਤੱਕ ਵੇਚ ਛੜਦੇ ਹੋ ਉਹ ਫਿਰ ਤੁਹਾਡੇ ਤੇ ਡਬਲ ਪਵੇਗਾ ਔਰ ਮੈਂ ਵੀਡੀਓ ਵੀ ਨਹੀਂ ਬਣਾਉਣ ਲੱਗਾ ਬਿਲਕੁਲ ਸੋਹਣੀ ਗੱਲ ਇਹ ਵੀ ਮੈਂ ਅੱਗੋਂ ਇਨਸ਼ਾਅੱਲਾ ਇਹ ਵੀ ਗੱਲ ਨਿਕਲ ਆਈ ਹੈ ਨਾ ਅਗਲੀਆਂ ਵੀਡੀਓ 'ਚ ਇਹ ਵੀ ਐਲਾਨ ਕਰਨਾ ਹੈ ਅਗਰ ਤੁਸੀਂ ਬਿਆਨਾ ਤੁਹਾਡੇ ਕੋਲ ਪਹੁੰਚ ਗਿਆ ਉਹ ਨਹੀਂ ਨਾ ਪਹੁੰਚਿਆ ਤੁਹਾਡੇ ਕੋਲ ਤੇ ਉਹ ਹਰ ਗਿਆ ਤੇ ਉਹਦੇ ਤੁਹਾਡਾ ਤੁਹਾਡਾ ਹੋ ਗਿਆ ਨਾ ਜੇ ਬਿਆਨਾ ਪਹੁੰਚ ਕੇ ਡੰਗਰ ਵਿਕ ਗਿਆ ਫਿਰ ਉਹਦੀ ਗਲਤੀ ਨਹੀਂ ਫਿਰ ਤੁਹਾਡੀ ਬਿਲਕੁਲ ਸਾਡੀ ਠੀਕ ਹੋ ਗਿਆ ਇਹ ਹੀ ਗੱਲ ਹੈ ਜਨਾਬ ਤੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਜ਼ਰੂਰ ਮੁਲਾਕਾਤ ਹੋਵੇ ਦੀ ਸ਼ੇਰ ਅਕਮੀਆ ਸਾਹਿਬ ਜੀ ਹੱਸ ਹੱਸ ਜਿਤਨਾ ਕਦਰ ਨਹੀਂ ਮੇਰਾ ਤੇ ਮੇਰੇ ਸਾਹਿਬ ਨੂੰ ਵਡਿਆਈਆਂ ਤੇ ਮੈਂ ਗਲੀਆਂ ਦਾ ਰੂੜਾ ਕੂੜਾ ਤੇ ਮਹਿਲ ਚੜਾਇਆ ਸਾਈਆਂ ਇੱਕ ਹੋਰ ਤੇ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਤੇ ਉੱਚਿਆਂ ਦੇ ਸੰਗ ਲਾਈਆਂ ਤੇ ਸਦਕੇ ਜਾਵਾਂ ਇਹਨਾਂ ਉੱਚਿਆਂ ਕੋਲੋਂ ਜਿਨ੍ਹਾਂ ਨੀਵਿਆਂ ਨਾਲ ਨਿਭਾਈ ਡਾਕਟਰ ਕਾਸਮ ਸਾਹਿਬ ਦਾ ਜੀ ਡਾਕਟਰ ਕਾਸਮ ਸਾਹਿਬ ਮੇਰਾ ਭਤੀਜਾ ਨਾ ਫਿਰ ਜਾ ਮੈਂ ਇਹ ਭਾਣਜਾ ਹੈ ਇਹ ਭਤੀਜਾ ਹੈ ਤੁਸੀਂ ਭਾਈ ਹੋ ਅੱਲਾ ਪਾਕ ਨੂੰ ਸਿਹਤ ਦੇ ਤੰਦਰੁਸਤੀ ਦੇ ਸੋ ਤਰੰਨਮ ਨਾਲ ਵੀ ਬੋਲਦਾ ਕਿ ਐਸੇ ਤਰ੍ਹਾਂ ਹੀ ਤਰੰਨਮ ਨਾਲ ਬੋਲਦਾ ਮਾਈਕ ਤੇ ਬੋਲਦਾ ਰਹਿੰਦਾ ਕਿਰੇ ਮਸਜਿਦ ਵਿੱਚ ਕਿਰੇ ਮਹਿਫਲ ਤੇ ਚਲੋ ਕਿਰੇ ਇਤਫਾਕ ਹੋਇਆ ਨਾ ਇਨਸ਼ਾਅੱਲਾ ਅੱਲਾ ਖੈਰ ਕਰੇ ਸੁਣਨ ਦੇ ਜ਼ਰੂਰ ਲੋ ਜਨਾਬ ਅਗਲੀ ਵੀਡੀਓ ਦੇ ਨਾਲ ਜ਼ਰੂਰ ਮੁਲਾਕਾਤ ਹੋਵੇ ਦੀ ਇਨਸ਼ਾਅੱਲਾ ਤੇ ਜ਼ਿੰਦਗੀ ਰਹੀ ਤੇ ਇਸ ਵੀਡੀਓ ਦੇ ਨਾਲ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਹਾਨੂੰ ਮੈਂ ਦੋਵਾਂ ਹੱਥਾਂ ਨਾਲ ਸਲਾਮ ਕਰਨਾ ਕਿ ਜਿਹੜਾ ਤੁਸੀਂ ਕੁਵੈਤ ਵਿੱਚ ਬਹਿ ਕੇ ਇਹ ਚੈਨਲ ਆਪਣੇ ਨੂੰ ਵੀ ਵੇਖਦੇ ਹੋ ਅੱਗੂ ਭਰਾਵਾਂ ਤੱਕ ਆਪਣੀਆਂ ਵੀਡੀਓ ਅਪਲਾਈ ਕਰਦੇ ਹੋ ਇਹ ਤੁਹਾਡੀ ਮਿਹਰਬਾਨੀ ਹੈ ਸ਼ਫਕਤ ਕਰਦੇ ਹੋ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾ ਦੀ ਜ਼ਾਤ ਤੁਹਾਨੂੰ ਬਾਹਲਾ ਦੇ ਅਤੇ ਭਾਈ ਹੋਰੀ ਨਾਲ ਖੜ੍ਹੇ ਨੇ ਸ਼ਾਮ ਹੈ ਬੱਚਾ ਭਤੀਜਾ ਮੇਰਾ ਦੋਵੇਂ ਪੁੱਤਰੀਆਂ ਨਾਲ ਨੇ ਭਾਈ ਹੋਰੀ ਨੇ ਅੱਲਾ ਪਾਕ ਇਹਨਾਂ ਨੂੰ ਸਿਹਤ ਦੇ ਤੰਦਰੁਸਤੀ ਦੇ ਇਨਸ਼ਾਅੱਲਾ ਉਮੀਦ ਕਰਨਾ ਕਿ ਨੀਲਾਂ ਭਾਵਣ ਲਗਾ ਅਤੇ ਜਨਾਬ ਵੀਡੀਓ ਵੇਖੋ ਇਹਨਾਂ ਦੀ ਪਸੰਦ ਆਵੇ ਕਾਲ ਕਰੋ ਡਾਕਟਰ ਸਾਹਿਬ ਨੂੰ ਕਰੋ ਅਤੇ ਆਪਣਾ ਸ਼ਾਮ ਨੂੰ ਕਰੋ ਡਾਕਟਰ ਸਾਹਿਬ ਡੀਲ ਕਰਨਾ ਬੰਦੇ ਨੂੰ ਸੋੜਿਆ ਨਹੀਂ ਪੈਣਾ ਕਈ ਵਿੱਚ ਫੋਨ ਆਉਂਦੇ ਨੇ ਠੀਕ ਹੈ ਕੋਈ ਭਰਾ ਲਾਉਂਦੇ ਨੇ ਗੱਪ ਸ਼ੱਪ ਲਾਉਂਦੇ ਨੇ ਨਹੀਂ ਵੀ ਵੇਖੋ ਜੀ 5-7 ਡੰਗਰ ਨੇ 66,000 ਬੰਦਾ ਵੇਖਣ ਵਾਲਾ ਜੇ ਕੋਈ ਫੋਨ ਆਵੇ ਵੀ ਤੇ ਲੈਣਾ ਤੇ ਉਹਨੇ ਜਿਹਦੇ ਨਸੀਬਾਂ ਵਿੱਚ ਬਾਅਦ ਨਸੀਬਾਂ ਦੀ ਤੇ ਨਹੀਂ ਕੋਈ ਲੈ ਸਕਦਾ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮੁਲਾਕਾਤ ਜ਼ਰੂਰ ਹੋਵੇ ਦੀ ਰੱਬ ਰੱਖਾ ਅੱਲਾ ਸੋਹਣੇ ਦੇ ਹਵਾਲੇ ਪਾਕਿਸਤਾਨ ਜ਼ਿੰਦਾਬਾਦ।